ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਦੋਸਤੋ ਕੀ ਹਾਲ ਚਾਲ ਤੁਹਾਡਾ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਪ੍ਰਦੀਪ ਦੇ ਚੌਂਕੇ 'ਚ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਹੋ ਦੋ ਚਾਰ ਜਾਣੇ ਹੈ ਨਾ ਦੋ ਚਾਰ ਜਾਣੇ ਆ ਰਹੇ ਹੋ ਕੋਈ ਗੱਲ ਨਹੀਂ ਆ ਮੈਂ ਤੁਹਾਡੇ ਲਈ ਮੱਕੀ ਦੀ ਰੋਟੀ ਬਣਾ ਲੈਂਦੀ ਹਾਂ ਮੱਕੀ ਦੀ ਰੋਟੀ ਮੇਥੀ ਨਾਲ ਮੇਰੇ ਜਾਣੋ ਨੇ ਉਹਨੇ ਹੀ ਆਟ ਟਪਕਣਾ ਹੈਗਾ ਅਤੇ ਮੈਂ ਕਿਹਾ ਫਟਾਫਟ ਬਣਾਵਾਂ ਅਤੇ ਨਾਲੇ ਤੁਹਾਨੂੰ ਦਿਖਾਵਾਂ ਕਿ ਮੈਂ ਕੁੱਕ ਕੀਤਾ ਹੈਗਾ ਠੀਕ ਆ ਤੁਹਾਨੂੰ ਪਤਾ ਲੱਗਣਾ ਚਾਹੀਦਾ ਨਾ ਮੈਂ ਕੁੱਕ ਕੀ ਕੀਤਾ ਹੈਗਾ ਅੱਜ ਸਾਰਾ ਕੁਝ ਦੱਸੂੰਗੀ ਤੁਹਾਨੂੰ ਕੁਛ ਨਹੀਂ ਲਗਾਉਂਗੀ ਬਾਈਬਲ 'ਤੇ ਹੱਥ ਰੱਖ ਕੇ ਕਿੰਨੀ ਆ ਸੱਚ ਸੱਚ ਦੱਸੂੰਗੀ ਜੋ ਵੀ ਬੋਲੂੰਗੀ ਸੱਚ ਸੱਚ ਬੋਲੂੰਗੀ ਹਾਏ ਰੱਬਾ ਜੇ ਲੋ ਅਦਰਕ ਅਦਰਕ ਦੀ ਮੈਂ ਪੇਸਟ ਬਣਾਉਣ ਲੱਗੀ ਹਾਂ ਦੋਸਤੋ ਅਤੇ ਯਾ ਮੈਨੂੰ ਆਪਣੀ ਜਾਨੂੰ ਦੀ ਵੀ ਹੈਗੀ ਆ ਇੱਕ ਮੈਂ ਟਿਕਟੋਕ 'ਤੇ ਗਾਣਾ ਪਾਉਣਾ ਅਤੇ ਮੈਂ ਜਾਨੂੰ ਟਿਕਟ ਨਹੀਂ ਹੈਗੀ ਹਾਂ ਇਹਦੀ ਮੈਂ ਪੇਸਟ ਬਣਾ ਲਾਂਗਾ ਅਤੇ ਮੇਥੀ ਆਉਂਦੀ ਅਤੇ ਮੇਥੀ 'ਚੋਂ ਇੰਨੀ ਮਿੱਟੀ ਇੰਨੀ ਮਿੱਟੀ ਮੈਂ ਜੰਮ ਪਲ ਕੇ ਵੀ ਇੰਨੀ ਮਿੱਟੀ ਚਲੋ ਇੰਡੀਆ 'ਚ ਤਾਂ ਕੋਈ ਆਈ ਵੀ ਮੇਥੀ ਸਾਗ 'ਚ ਮਿੱਟੀ ਆ ਸਾਡੀ ਆ ਹੋ ਗਈ ਅਦਰਕ ਸਿਹਤ ਲਈ ਕਿੰਨੇ ਚੰਗਾ ਹੁੰਦਾ ਇਸ ਕਰਕੇ ਮੈਂ ਪਾ ਦੇਣਾ ਕਿੰਨਾ ਸਾਰਾ ਠੀਕ ਆ ਪਾ ਥੋੜ੍ਹਾ ਜਿਹਾ ਮੋਟਾ ਵੀ ਰਹਿ ਗਿਆ ਦੁਬਾਰਾ ਪਾ ਲੈਂਦੇ ਹਾਂ ਹੈ ਨਾ ਕਿਉਂਕਿ ਫਿਰ ਰੋਟੀ ਤਾਂ ਮੇਰੇ ਕੋਲ ਹੁੰਦਾ ਨਹੀਂ ਮੱਕੀ ਦੀ ਬਣਦੀ ਅਤੇ ਇੱਦਾਂ ਦੀ ਮੈਂ ਬਣਦੀ ਓਕੇ ਓਕੇ ਹੱਥਾਂ ਦੇ ਨਾਲ ਕੱਢੋ ਇਹਨੂੰ ਹਾਂਜੀ ਦੋਸਤੋ ਮੇਰੀ ਪੂਰਾ ਮੈਂ ਤਾਂ ਜੀ ਕਹਿੰਦਾ ਆਲੂ ਵਾਲੇ ਵੀ ਪਰੌਂਠੇ ਖਾਣ ਨੂੰ ਆਲੂ ਨਹੀਂ ਹਟਾ ਰਹਿ ਗਏ ਆਲੂ ਵਾਲੇ ਪਰੌਂਠੇ ਖਾਣ ਨੂੰ ਮਤਲਬ ਕਿ ਮੱਕੀ ਵਾਲੇ ਮੱਕੀ ਅਤੇ ਆਲੂ ਯਾ ਓਕੇ ਥੋੜ੍ਹਾ ਪਾਣੀ ਪਾ ਲੈਂਦੀ ਹਾਂ ਹੋ ਜੇ ਚੰਗੀ ਤਰ੍ਹਾਂ ਮੇਥੀ ਰੋਟੀ ਹੱਥਾਂ ਨਾਲ ਕੱਟ ਲੈਂਦੇ ਤੇ ਮੈਂ ਸੋਚਣ ਦੀ ਹੱਥਾਂ ਸਵੇਰੇ ਸਾਫ਼ ਕੀਤਾ ਅਤੇ ਮੈਂ ਪਾਇਆ ਹੀ ਅਤੇ ਜਿੱਥੇ ਮੈਂ ਹੱਥ ਲਾਵਾਂ ਜਿੱਥੇ ਉਹਨੂੰ ਰੱਖਿਆ ਕਿਰਕ 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 ਮੈਨੂੰ ਆਈ ਜਾਏ ਮੈਂ ਕਿਹਾ ਇਹਦਾ ਪਤਾ ਨਹੀਂ ਗੰਦੀ ਹੈ ਤੂੰ ਮੈਰਕ 'ਚ ਰਹਿ ਕੇ ਵੀ ਤੇਰੀ ਜ਼ਿੰਦਗੀ 'ਚ ਸੁਧਾਰ ਨਹੀਂ ਹੋਇਆ ਆਉਂਦੀ ਨਹੀਂ ਮੈਂ ਆਪਣੀ ਮਿੱਟੀ ਨਾਲ ਜੁੜੀ ਹੋਈ ਹਾਂ ਅਤੇ ਮੈਂ ਸੁਧਾਰ ਚਾਹੁੰਦੀ ਹਾਂ ਉਹ ਕਹਿੰਦੀ ਮੈਂ ਤੇਰੇ ਵਾਂਗੂ ਆਪਣੀ ਮਿੱਟੀ ਨਾਲ ਜੁੜੀ ਹੋਈ ਹਾਂ ਜਿਵੇਂ ਤੈਨੂੰ ਪੰਜਾਬੀ ਲੋਕ ਪਸੰਦ ਹਨ ਇਹ ਤਾਂ ਮੈਨੂੰ ਪੰਜਾਬੀ ਲੋਕ ਪਸੰਦ ਆ ਮੈਂ ਤਾਂ ਫਿਰ ਰੋਟੀ ਕਿਵੇਂ ਬਣਾ ਪਾਉਂਦੀ ਮੈਂ ਸਾਰੀ ਸਾਰੀ ਪਾ ਲੈਂਦੀ ਮੈਨੂੰ ਛੇ ਸੱਤ ਵਾਰੀ ਪਾਣੀ ਚੋਂ ਕੱਢ ਕੇ ਇਹਦੀ ਪੂਰੀ ਮਿੱਟੀ ਦੂਰ ਕੀਤੀ ਤੋਂ ਮੈਂ ਮੜ ਕੇ ਵੀ ਕਿਰਕ ਆ ਜਾਏ ਕਿ ਕੰਮ ਤਾਂ ਨਹੀਂ ਲੱਗਣਾ ਹੈਗਾ ਓਕੇ ਚੰਗਾ ਹੀ ਹੋਇਆ ਮਸ਼ੀਨ 'ਚ ਨਹੀਂ ਪਾਈ ਜੇ ਤਾਂ ਉੱਦਾਂ ਹੀ ਵਿਚਾਰੀ ਹੱਥ ਨਾਲ ਹੀ ਹੋ ਜਾਂਦੀ ਹੈ ਜੀ ਬੀਬੀ ਹੈਗੀ ਆ ਅਦਰਕ ਵਾਂਗੂ ਢੀਠਣੀ ਆ ਓਕੇ ਦੋਸਤੋ ਪਿਛਲੇ 2-3 ਦਿਨਾਂ ਤੋਂ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਪਤਾ ਨਹੀਂ ਮੇਰੇ ਜੈਸਟ ਪੇਨ ਗੈਸਟ੍ਰਿਕ ਗੈਸ ਕੋਨਸਟੀਪੇਸ਼ਨ ਐਵਰੀਥਿੰਗ ਮੈਨੂੰ ਲੱਗੀ ਹੋਈ ਸੀ ਅਤੇ ਫਿਰ ਮੈਂ ਹੁਣ ਕੀ ਕਰਾਂ ਮੈਂ ਕੁਛ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਲੱਗਾ ਮੈਂ ਖਾਣੇ ਖਾ ਰਹੀ ਰੋਮ ਪਹਿਲਾਂ ਤਾਂ ਮੈਂ ਤਾਂ ਡਾਕਟਰ ਜਾਣ ਦੀ ਤਿਆਰ ਸੀ ਕਿ ਇੱਥੇ ਲੱਗ ਗਈ ਹੈ ਮੈਂ ਤੁਰ ਕੇ ਚੱਲ ਜਾਂਦੀ ਹਾਂ ਮੈਨੂੰ ਜਾਣੂ ਮੈਨੂੰ ਰੋਕੀ ਗਿਆ ਮੈਂ ਕਿਹਾ ਤੇਰਾ ਇਰਾਦਾ ਕਿ ਇਹ ਮਰੇ ਜਲਦੀ ਹੈ ਨਾ ਮੈਂ ਤਾਂ ਨਹੀਂ ਉੱਥੇ ਜਾਏਗੀ ਨਾ ਨਿਕਲਣਾ ਕੱਖ ਨਹੀਂ ਪਰ ਉਹਨਾਂ ਨੇ ਉੱਥੇ ਤੇਰਾ ਚੀਕ ਪਾਲ ਕੱਟ ਦੇਣਾ ਮੈਨੂੰ ਨਹੀਂ ਜਾਣ ਦਿੱਤਾ ਨਹੀਂ ਜਾਣ ਦਿੱਤਾ ਮਾਰੂ ਕੰਮ ਕਰੇ
ਕੇ ਵੇਖੋ ਮੱਕੀ ਦਾ ਆਟਾ ਉੱਤੇ ਬੇਸਣ ਲਿਖਿਆ ਹੋਇਆ ਪਰ ਮੱਕੀ ਦਾ ਆਟਾ ਕਦੀ ਕਿਸੇ 'ਚ ਕੁਛ ਭਰ ਦਿੰਦੀ ਕਦੀ ਕਿਸੇ 'ਚ ਓਕੇ ਇੰਨਾ ਮੱਕੀ ਦਾ ਆਟਾ ਦੋ ਜਾਣਿਆਂ ਦੇ ਬਲੈਕ ਪੇਪਰ ਨਾ ਤੇ ਇੱਕ ਵਾਈਟ ਪੇਪਰ ਇੱਥੇ ਲਾਲ ਮਿਰਚ ਪਾਉਣੀ ਹੈਗੀ ਆ ਆਪਣੇ ਮਸਾਲੇਦਾਨੀ ਚ ਪਾਈ ਨਹੀਂ ਹੈ ਇੰਨਾ ਕੁਛ ਪਾ ਲਿਆ ਆਟੇ 'ਚ ਅਮਚੂਰ ਪਾ ਲਿਆ ਆਪਣਾ ਜੇ ਉਹ ਆਲੂ ਵਾਲੇ ਪਰੌਂਠੇ 'ਚ ਚੰਗਾ ਲੱਗ ਸਕਦਾ ਤੇ ਇਹ 'ਚ ਕਿਉਂ ਨਹੀਂ ਚੰਗਾ ਲੱਗਦਾ ਹੁਣ ਇਹਨੂੰ ਕਰਾਂ ਮਿਕਸ ਪਹਿਲਾਂ ਮੈਂ ਸੋਚਣ ਦੀ ਹਾਂ ਜਨਮ ਦੇ ਆਉਣ ਤੋਂ ਪਹਿਲਾਂ ਇੱਕ ਦੋ ਬਣਾ ਲਾਂ ਭੁੱਖ ਲੱਗੀ ਹੋਣੀ ਆ ਅਤੇ ਨਾਲ ਮੇਰੇ ਘਰ ਦਾ ਬਣਿਆ ਹੋਇਆ ਦਹੀਂ ਆ ਦੋਸਤੋ ਠੀਕ ਹੈ ਨਾ ਵਾਹ ਪਾਣੀ ਪਾਉਣ ਤੋਂ ਪਹਿਲਾਂ ਹੀ ਹੋ ਗਏ ਲੋਕ ਗ੍ਰੀਨ ਚੀਜ਼ ਜੈਸੇ ਹੈਗੇ ਚੰਗੇ ਹੁੰਦੇ ਨਾ ਮੈਂ ਬਹੁਤ ਜ਼ਿਆਦਾ ਮੇਰੇ ਸਟੋਮਿਕ ਪੇਨ ਚੈਸਟ ਪੇਨ ਇੰਨੀ ਰਹੀ ਪਿੱਛੇ ਇੱਕ ਦਿਨ ਤੋਂ ਅਜੇ ਵੀ ਹੁੰਦੀ ਥੋੜ੍ਹੀ ਥੋੜ੍ਹੀ ਮੈਂ ਚੰਗੀ ਫਸੀ ਕਿਉਂਕਿ ਉਹ ਮੈਨੂੰ ਬੰਦਾ ਤੁਸੀਂ ਲੈ ਕੇ ਤੂੰ ਸੋਚਦੀ ਹੈ ਕਿ ਤੂੰ ਕੀ ਆ ਤੂੰ ਆਪਣੀ ਬੋਡੀ ਨੂੰ ਢਾ ਰਹੀ ਆ ਰੱਬ ਨੇ ਅਤੇ ਮਾਂ ਨੇ ਤੈਨੂੰ ਵਧੀਆ ਦਿੱਤੀ ਪਰ ਤੂੰ ਢਾ ਢਾ ਸੁੱਟਣ ਗਈ ਆ ਅਤੇ ਜਿੱਦਾਂ ਮੈਂ ਪੂਰੀ ਤਰ੍ਹਾਂ ਛੁੱਟੀ 'ਚ ਤੈਨੂੰ ਪਤਾ ਲੱਗਣਾ ਅਤੇ ਮੈਂ ਕੱਲ੍ਹ ਤਾਂ ਤੇਰੀ ਸਹੀ ਆ ਮੈਂ ਜਿੰਨਾ ਰੋਂ ਜ਼ਿੰਦਗੀ ਪੂਰਾ ਆਪਣਾ ਖਾਧਾ ਇਹ ਗੱਲ ਹੋਈ ਹੈ ਓਕੇ ਹੁਣ ਮੈਂ ਪਾਵਾਂ ਥੋੜ੍ਹਾ ਜਿਹਾ ਗਰਮ ਪਾਣੀ ਚੰਗੀ ਤਰ੍ਹਾਂ ਮਲੋ ਆਟੇ ਬਹੁਤ ਸੋਹਣਾ ਲੱਗਣ ਡਿਆ ਦੋਸਤੋ ਜਦੋਂ ਮੈਂ ਸੋਚਦੀ ਕੋਈ ਵੀਡੀਓ ਬਣਾਉਣ ਲਈ ਵਿੱਚ ਕਾਲ ਆ ਜਾਂਦੀ ਅਤੇ ਇੰਟਰਪਸ਼ਨ ਹੋਣਾ ਲਾਜ਼ਮੀ ਆ ਮੈਂ ਆਟੋ ਬੋਲ ਰਹੀ ਹਾਂ ਮੈਂ ਕਾਲ ਦੇ ਵਿੱਚ ਮੇਰਾ ਓਕੇ ਪਰ ਮੈਂ ਦੱਸਦੀ ਤੁਹਾਨੂੰ ਕਿ ਆ ਜੇ ਆਟਾ ਗੱਜ ਗਿਆ ਬਹੁਤ ਜ਼ੋਰ ਲਾਇਆ ਹੁਣ ਇਹਦੀ ਰੋਟੀ ਲਾਜ਼ਮੀ ਆ ਕਿ ਵਧੀਆ ਬਣੇਗੀ ਠੀਕ ਆ ਤਵੇ ਨੂੰ ਗਰਮ ਕਰਦੇ ਹਾਂ ਅਤੇ ਲੈ ਕੇ ਜਾਂਦੇ ਹਾਂ ਆਪਣਾ ਸਾਰਾ ਕੁਛ ਸਮਾਨ ਉੱਥੇ ਠੀਕ ਹੈ ਹਾਂਜੀ ਦੋਸਤੋ ਮੇਰੀ ਰੋਟੀ ਬਣੀ ਤੇ ਆਹ ਦਹੀਂ ਜਿਹੜਾ ਘਰੇ ਬਣਾਇਆ ਹੋਇਆ ਸੀ ਤੇ ਇਹ
ਹੁੰਦੇ ਸੀ ਕਿ ਉਹ ਤੇ ਪਤਾ ਤੇ ਜਾਣ ਦੇ ਕੋਈ ਜਾਨੀ ਜੇ ਬਾਸੀ ਦਾ ਸ਼ੋਅ ਵੇਖਣਾ ਪਿਆ ਹੁੰਦੇ ਅਜੇ ਹੁਣੇ ਆਏ ਕਰੋ ਘਰੇ ਅਤੇ ਬਾਸੀ ਸ਼ੋਅ ਇਹ ਹੁੰਦਾ ਕਿ ਕਹਾਣੀਆਂ ਹੁੰਦੀਆਂ ਗੋਸਪ ਹੁੰਦਾ ਲੋਕਾਂ ਦਾ ਅਤੇ ਲੋਕਾਂ ਦੇ ਦੁੱਖਾਂ ਦੀਆਂ ਕਹਾਣੀਆਂ ਸਾਰੇ ਕੰਟਾਲਾ ਕੇ ਸੁਣਦੇ ਸਭ ਠੀਕ ਸਭ ਵੀ ਹਰ ਇਨਸਾਨ ਦੀ ਫਿਤਰਤ ਹੀ ਇਹ ਹੈ ਕਿ ਦੁੱਖਾਂ ਨੂੰ ਸੁਣਨਾ ਅਤੇ ਸੁੱਖ ਦੀ ਗੱਲ ਕਰੋ ਤਾਂ ਕਦੀ ਨਾ ਸੁਣ ਗਏ ਓਕੇ ਬੰਦ ਕਰ ਦਿੱਤਾ ਜਾਣੂ ਟੀਵੀ ਦੁੱਖਾਂ ਦਾ ਮਜ਼ਾਕ ਉਡਾਇਆ ਜਿਵੇਂ ਆਉਂਦੇ ਉਹ ਫੜਿਆ ਗਿਆ ਤੇ ਕੌਣ ਜਾਣੇ ਉਹਨੇ ਵੀ ਕੁਛ ਕੀਤਾ ਵੀ ਆ ਕਿ ਕਿਹਨੇ ਕੀਤਾ ਗੌਰਮੈਂਟ ਦਾ ਹੀ ਹੋਵੇ ਓਕੇ ਦੋਸਤੋ ਮੈਂ ਅੱਜ ਪਰਫੈਕਟ ਮੇਰੀ ਰੋਟੀ ਬਣੀ ਆ ਦੇਖਾਂ ਕਿਵੇਂ ਬਣਾਈ ਆ ਮੈਂ ਸੋਚਿਆ ਕਿ ਮੇਰਾ ਲੱਗਾ ਹੋਇਆ ਕੈਮਰਾ ਤੇ ਮੈਂ ਜਾਨੂ ਦੇ ਚਾਰਜ ਹੀ ਕੈਮਰਾ ਲਾਇਆ ਨਹੀਂ ਤੇ ਗੱਲਾਂ ਕਰਦੀ ਰਹਿੰਦੀ ਮੈਂ ਮੈਨੂੰ ਜਾਨੂ ਫੌਰਨ ਪਤਾ ਲੱਗਣਾ ਚਾਹੀਦਾ ਤੁਹਾਡੇ ਮੂੰਹ 'ਚ ਬੁਰਕੀ ਜਾਂਦਿਆਂ ਹੀ ਤਰੀਫ ਦੇ ਕਾਬਲ ਆ ਤਰੀਫ ਉੱਚੀ ਸਾਰੀ ਕਰੋ ਉੱਚੀ ਸਾਰੀ ਕਰੋ ਸਾਰੀ ਦੁਨੀਆ ਸੁਣੀ ਇਹ ਪਰਫੈਕਟ ਬਣੀ ਆ ਓਕੇ ਤੇ ਫਿਰ ਮੈਂ ਤੁਹਾਡਾ ਕੀ ਕਰਦਾ ਮੇਰੇ ਹੱਥ ਚੋਂ ਮੈਨੂੰ ਆਉਣਾ ਯਾ ਓਕੇ ਪਰਫੈਕਟ ਨਹੀਂ ਦੋਸਤੋ ਤੁਸੀਂ ਵੀ ਆ ਕੇ ਖਾ ਸਕਦੇ ਜੇ ਤੇ ਮੈਨੂੰ ਤਾਂ ਆਪਣਾ ਉਹ ਮਿੱਟੀ ਵਾਲਾ ਓਕੇ ਹੁਣ ਜਾਨੂੰ ਪਹਿਲਾਂ ਜਾਨੂੰ ਕਿਹਾ ਮੈਂ ਦੋ ਹੀ ਖਾਣੇ ਮੈਂ ਤਾਂ ਭੁੱਖਾ ਨਹੀਂ ਆ ਮੈਂ ਬਾਹਰੋਂ ਖਾ ਲਿਆ ਸੀ ਹੁਣ ਵੇਖੋ ਜਾਣਾ ਸੋਰੀ ਇੱਕ ਤੋਂ ਬਾਅਦ ਵੀ ਇੱਕ ਹੋਰ ਖਾਣਗੇ ਨਹੀਂ ਖਾਣਾ ਪਕਾਉਣਗੇ ਵਧੀਆ ਬਣੀ ਨਾ ਕੱਚੀ ਕੁੱਚੀ ਨਹੀਂ ਨਾ ਸਬਸਕ੍ਰਾਈਬ ਕਰੋ ਲਾਈਕ ਕਰੋ ਮੈਂ ਵੀ ਕਿਤੇ ਪਹੁੰਚਾ ਯੂਟਿਊਬ ਤੇ ਦਹੀਂ ਸੱਚ ਦਹੀਂ ਦਾ ਟੇਸਟ ਜਾਣੀ ਮਿੱਟੀ ਵਰਗੇ ਭਾਂਡੇ ਦਾ ਤਾਂ ਨਹੀਂ ਨਾ ਆਉਂਦਾ ਵਧੀਆ ਗੁੱਡ ਲਾਈਕ ਇਟ ਸੋ ਮੇਰੇ ਚੈਨਲ ਨੂੰ ਥੋੜ੍ਹਾ ਕਿਸੇ ਬੰਨੇ ਉਹ ਵੀ ਲੱਗੇ ਉੱਦਾਂ ਦਾ ਉੱਦਾਂ ਹੀ ਉੱਥੇ ਹੀ ਬੈਠਾ ਬੁੱਢਾ ਹੋ ਚੱਲਿਆ ਵਾ ਚਾਰਜਰ 'ਚ ਸੋ ਪਲੀਜ਼ ਜਿਵੇਂ ਲੋਕ ਕਹਿੰਦੇ ਹੁੰਦੇ ਆ ਕਿ ਵੇਖੋ ਮੇਰੇ ਚੈਨਲ ਨੂੰ ਵੇਖੋ ਸਬਸਕ੍ਰਾਈਬ ਕਰੋ ਅਤੇ ਫਿਰ ਉਹ ਕਹਿੰਦੇ ਹੁੰਦੇ ਤੁਹਾਡੇ ਕਿਹੜੇ ਪੈਸੇ ਲੱਗਣੇ ਹੈਗੇ ਆ ਹੈ ਨਾ ਪਰ ਤੁਹਾਨੂੰ ਪਤਾ ਹੀ ਆ ਸਾਰੇ ਨਫ਼ਰਤ ਆ ਇਸ ਦੇਸ਼ 'ਚ ਕੀ ਹੋ ਰਿਹਾ ਹੈਗਾ ਲੋਕ ਜੋ ਕਦੇ ਕਤਲ ਕਰੀ ਜਾਂਦੇ ਆ ਇੰਨਾ ਹੀ ਬੜਾ ਕਿ ਠੀਕ ਆ ਰਿਹਾ ਘਰ ਦੇ ਅੰਦਰ ਰੋਕ ਕੇ ਰਹੀ ਆ ਸਾਰੀਆਂ ਬਾਰੀਆਂ ਬੂਹੀਆਂ ਬੰਦ ਕਰ ਥੈਂਕ ਯੂ ਦੋਸਤੋ ਮੇਰੀ ਮੱਕੀ ਦੀ ਰੋਟੀ ਉਹ ਮੈਂ ਹੁਣ ਪਾਵਾਂ ਅਤੇ ਆਪਣੇ ਲਈ ਜਾਨੂੰ ਲੈਣਗੇ ਇੱਕ ਹੋਰ ਹੈ ਨਾ ਜਾਨੂੰ ਕਿਹਾ ਦੋ ਲੈਣੇ ਮੈਂ ਹੈ ਨਾ ਅਤੇ ਦੋ ਵੀ ਨਹੀਂ ਲੈਣੇ ਅਤੇ ਮੈਨੂੰ ਪਤਾ ਸੀ ਜਾਨੂੰ ਇੱਦਾਂ ਹੀ ਕਰਦੇ ਓਕੇ ਥੈਂਕ ਯੂ